ਪੰਜਾਬ ਦੀ ਨੌਜਵਾਨ ਪੀੜ੍ਹੀ ਭਾਵੇਂ ਹੀ ਵਿਦੇਸ਼ਾਂ ਦੇ ਵੱਲ ਰੁੱਖ ਕਰ ਰਹੀ ਹੈ, ਪਰ ਗੁਰਦਾਸਪੁਰ ਦਾ ਰਹਿਣ ਵਾਲਾ ਇੱਕ ਅਜਿਹਾ ਨੌਜਵਾਨ ਜੋ ਕਿ ਗਰੀਬੀ ਹੋਣ ਦੇ ਬਾਵਜੂਦ ਵੀ ਮਿਹਨਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ, ਬਾਕੀ ਨੌਜਵਾਨਾਂ ਦੇ ਲਈ ਇਹ ਮਿਸਾਲ ਬਣ ਰਿਹਾ ਹੈ। ਗੁਰਦਾਸਪੁਰ ਦਾ ਰਹਿਣ ਵਾਲਾ ਦਲਵੀਰ ਸਿੰਘ ਜੋ ਕਿ ਇੱਕ ਗੁਰਸਿੱਖ ਨੌਜਵਾਨ ਅਤੇ ਗਰੀਬ ਲੋੜਵੰਦਾਂ ਦੇ ਲੋਕਾਂ ਦੇ ਘਰ ਜਾ ਕੇ ਫ੍ਰੀ ਦੇ ਵਿੱਚ ਕੀਰਤਨ ਵੀ ਕਰਦਾ। ਦਲਵੀਰ ਸਿੰਘ ਨੇ ਕਿਹਾ ਕਿ ਜਦੋਂ ਮੈਂ ਫਾਸਟ ਫੂਡ ਦਾ ਕੰਮ ਸ਼ੁਰੂ ਕੀਤਾ ਸੀ ਤਾਂ ਮੈਨੂੰ ਬਹੁਤ ਲੋਕਾਂ ਨੇ ਕਿਹਾ ਸੀ ਕਿ ਇਹ ਛੋਟਾ ਕੰਮ ਨਾ ਕਰੋ। ਉਹਨਾਂ ਨੇ ਕਿਹਾ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੈ। ਮੈਂ ਲੋਕਾਂ ਦੀ ਗੱਲ ਦੀ ਪਰਵਾਹ ਨਹੀਂ ਕੀਤੀ ਅਤੇ ਮਿਹਨਤ ਕਰਨੀ ਜਾਰੀ ਰੱਖੀ। ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਵੀ ਕਿਹਾ ਹੈ ਕਿ ਕਿਰਤ ਕਰੋ ਅਤੇ ਵੰਡ ਕੇ ਛਕੋ। ਉਹਨਾਂ ਨੇ ਕਿਹਾ ਕਿ ਮੈਂ ਗੁਰੂ ਸਾਹਿਬਾਨ ਦੇ ਦੱਸੇ ਹੋਏ ਰਸਤੇ 'ਤੇ ਹੀ ਚੱਲ ਰਿਹਾ ਹਾਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਲਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਹਾਲਾਤ ਠੀਕ ਨਹੀਂ ਹੈ, ਪਰ ਉਸ ਦੇ ਬਾਵਜੂਦ ਵੀ ਦਲਵੀਰ ਸਿੰਘ ਦੇ ਵੱਲੋਂ ਹਿੰਮਤ ਨਹੀਂ ਹਾਰੇਗੀ ਅਤੇ ਦਲਵੀਰ ਸਿੰਘ ਨੇ ਫਾਸਟ ਫੂਡ ਦਾ ਕੰਮ ਸ਼ੁਰੂ ਕੀਤਾ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਨੇਕਾਂ ਹੀ ਨੌਜਵਾਨ ਬਾਹਰ ਦੇ ਦੇਸ਼ਾਂ ਦਾ ਰੁੱਖ ਕਰ ਰਹੇ ਨੇ, ਜੋ ਕਿ ਗਲਤ ਹੈ। ਉਹਨਾਂ ਕਿਹਾ ਕਿ ਸਾਨੂੰ ਵਿਦੇਸ਼ਾਂ ਵਿੱਚ ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਪੰਜਾਬ ਦੇ ਵਿੱਚ ਰਹਿ ਕੇ ਹੀ ਅਸੀਂ ਚੰਗੀ ਕਮਾਈ ਕਰ ਸਕਦੇ ਹਾਂ। ਦਲਵੀਰ ਸਿੰਘ ਨੇ ਕਿਹਾ ਕਿ ਜਦੋਂ ਮੈਂ ਇਹ ਕੰਮ ਨਵਾਂ ਸ਼ੁਰੂ ਕੀਤਾ ਸੀ ਤਾਂ ਮੈਨੂੰ ਕੁਝ ਲੋਕਾਂ ਨੇ ਕਿਹਾ ਸੀ ਕਿ ਇਸ ਤਰ੍ਹਾਂ ਦਾ ਛੋਟਾ ਕੰਮ ਤੁਸੀਂ ਨਾ ਕਰੋ, ਤਾਂ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਕਿਹਾ ਕਿ ਕਿਰਤ ਕਰੋ ਅਤੇ ਵੰਡ ਕੇ ਛਕੋ ਅਤੇ ਮੈਂ ਆਪਣੇ ਗੁਰੂ ਸਾਹਿਬਾਨਾਂ ਦੇ ਦੱਸੇ ਹੋਏ ਮਾਰਗ 'ਤੇ ਚੱਲਾਂਗਾ। ਉਹਨਾਂ ਕਿਹਾ ਕਿ ਜਿਹੜੇ ਗਰੀਬ ਲੋੜਵੰਦ ਲੋਕ ਆਪਣੇ ਘਰਾਂ ਦੇ ਵਿੱਚ ਕੀਰਤਨ ਕਰਵਾਉਣਾ ਚਾਹੁੰਦੇ ਨੇ ਪਰ ਉਹ ਪੈਸੇ ਨਹੀਂ ਖਰਚ ਕਰ ਸਕਦੇ, ਉਹਨਾਂ ਲੋੜਵੰਦਾਂ ਦੇ ਘਰਾਂ ਦੇ ਵਿੱਚ ਮੈਂ ਮੁਫ਼ਤ ਦੇ ਵਿੱਚ ਕੀਰਤਨ ਕਰਦਾ ਅਤੇ ਗੁਰੂ ਸਾਹਿਬਾਨ ਦੇ ਨਾਲ ਸੰਗਤ ਨੂੰ ਜੋੜਨ ਦੀ ਕੋਸ਼ਿਸ਼ ਕਰਦਾ ਹਾਂ। ਦਲਵੀਰ ਸਿੰਘ ਨੇ ਕਿਹਾ ਕਿ ਨੌਜਵਾਨ ਲਗਾਤਾਰ ਵਿਦੇਸ਼ਾਂ ਦਾ ਰੁਖ ਤਾਂ ਕਰ ਰਹੇ ਨੇ, ਕਿਉਂਕਿ ਸਾਡੀਆਂ ਸਰਕਾਰਾਂ ਦਾ ਨੌਜਵਾਨਾਂ ਦੇ ਵੱਲ ਕੋਈ ਵੀ ਧਿਆਨ ਨਹੀਂ ਹੈ, ਇਸ ਕਰਕੇ ਨੌਜਵਾਨ ਨਸ਼ਿਆਂ ਦੇ ਵਿੱਚ ਵੀ ਪੈ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦਲਵੀਰ ਸਿੰਘ ਖਾਲਸਾ ਜੀ, ਆਪਣਾ ਨਾਮ, ਪਿੰਡ ਆਪਣਾ ਆਲੇ ਚੱਕ ਹੈ ਜੀ। ਗੁਰੂ ਸਾਹਿਬ ਸਾਨੂੰ ਉਪਦੇਸ਼ ਦਿੰਦੇ ਨੇ ਕਿ ਕਿਰਤ ਕਰਨੀ ਹੈ ਨਾ, ਕੋਈ ਵੀ ਕਰ ਸਕਦੇ ਆਪਾਂ, ਤਾਂ ਕਰਕੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਇਹ ਕੰਮ ਚੁਣਿਆ ਜੀ। ਕੀਰਤਨ ਵੀਰ ਜੀ ਆਪਾਂ ਕਰੀਦਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਚਲੋ ਗੁਰੂ ਸਾਹਿਬ ਕਿਰਪਾ ਕਰਦੇ ਨੇ, ਆਪ ਹੀ ਸੇਵਾ ਲਾਉਂਦੇ ਨੇ। ਔਰ ਜਿਹੜੇ ਗਰੀਬ ਪਰਿਵਾਰ ਨੇ ਜਿਹੜੇ ਹੈ ਨਾ ਕਰਵਾਉਣਾ ਚਾਹੁੰਦੇ ਨੇ ਘਰ ਸੁਖਨੀ ਸਾਹਿਬ ਦਾ ਪਾਠ ਜਿੱਦਾਂ ਕਰਵਾ ਲੈਂਦੇ ਨੇ ਹੈ ਨਾ, ਅਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਕਰ ਲਈਦਾ। ਹਾਂਜੀ, ਇਹ ਵੀਰ ਜੀ ਸਾਨੂੰ ਇੱਥੇ 5 ਸਾਲ ਹੋ ਗਿਆ ਕੰਮ ਕਰਦੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਔਰ ਠੀਕ ਆ, ਵਧੀਆ ਚੜ੍ਹਦੀ ਕਲਾ ਵਾ। ਉਹਨਾਂ ਨੂੰ ਵੀਰ ਜੀ ਇਹ ਕਹਿਣਾ ਚਾਹੁੰਦਾ, ਪਹਿਲੀ ਤਾਂ ਗੱਲ ਹੈ ਵੀ ਬਾਣੀ ਦੇ ਨਾਲ ਜੁੜੋ, ਆਪਣਾ ਇਤਿਹਾਸ ਜਾਣੋ ਅਤੇ ਵੱਧ ਤੋਂ ਵੱਧ ਸੰਗਤ ਕਰੋ ਅਤੇ ਆਪਣਾ ਜਿਹੜਾ ਇੱਥੇ ਕੰਮ ਖੋਲ੍ਹੋ, ਬਾਹਰ ਜਾਣ ਦੀ ਲੋੜ ਹੀ ਨਹੀਂ ਆ। ਵੀਰ ਜੀ ਜੇ ਸਫਾਈ ਰੱਖਾਂਗੇ ਤਾਂ ਫਿਰ ਹੀ ਕਸਟਮਰ ਆਊਗਾ ਹੈ ਨਾ, ਅਤੇ ਜੇ ਆਪਾਂ ਸਫਾਈ ਨਾ ਰੱਖਾਂਗੇ, ਜਿੱਦਾਂ ਬਈਏ ਹੈ ਨਾ ਰੇੜੀਆਂ ਲਾਉਂਦੇ ਨੇ ਥਾਂ ਥਾਂ 'ਤੇ, ਮਤਲਬ ਖਲਾਰਾ ਪਿਆ ਹੁੰਦਾ ਹੈ ਨਾ, ਅਤੇ ਇਸੇ ਕਰਕੇ ਆਪਾਂ ਸਫਾਈ ਰੱਖੀ ਦੀ ਹੈ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੰਗਤ ਆਉਂਦੀ ਨੇ, ਬਹੁਤ ਖੁਸ਼ ਹੋ ਕੇ ਮਤਲਬ ਛੱਕ ਕੇ ਜਾਂਦੇ ਨੇ, ਔਰ ਵਧੀਆ ਮਤਲਬ ਆਪਣਾ ਰਿਸਪੋਂਸ ਵਧੀਆ ਮਿਲਦਾ ਆਪਣੀ। ਹਾਂ, ਇੱਕ ਵਾਰ ਮੇਰੇ ਕੋਲ ਆਏ ਸੀਗੇ, ਬਜ਼ੁਰਗ ਆਏ ਸੀਗੇ, ਉਹਨਾਂ ਨੇ ਅੰਮ੍ਰਿਤ ਛਕਿਆ ਸੀਗਾ, ਚਲੋ ਬੜੇ ਖੁਸ਼ ਹੋਏ, ਫਤਿਹ ਬੁਲਾਈ ਸੀ ਉਹਨਾਂ ਨੇ ਮੈਨੂੰ। ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਚਲੋ ਵਧੀਆ ਵਾ ਤੁਹਾਡਾ, ਮਤਲਬ ਤੁਸੀਂ ਬਾਣਾ ਪਾਇਆ ਵਾ, ਬਹੁਤ ਵਧੀਆ ਚੜ੍ਹਦੀ ਕਲਾ ਵਾ, ਲੇਕਿਨ ਮੈਨੂੰ ਨਾ ਜਿਹੜਾ ਤੁਹਾਡਾ ਕੰਮ ਆ ਮੈਨੂੰ ਮਤਲਬ ਸਹੀ ਨਹੀਂ ਲੱਗਾ। ਮੈਂ ਫਿਰ ਉਹਨਾਂ ਨੂੰ ਕਿਹਾ ਵੀ ਦੱਸ ਦਿਓ ਫਿਰ ਜਿਹੜਾ ਸਹੀ ਕੰਮ ਤੁਸੀਂ ਕਰ ਲੈਂਦੇ ਹਾਂ ਹੈ ਨਾ, ਅਤੇ ਉਹ ਕਹਿੰਦੇ ਨਹੀਂ ਤੁਸੀਂ ਹੋਰ ਕੋਈ ਕੰਮ ਕਿਉਂ ਨਹੀਂ ਚੁਣਿਆ। ਮੈਂ ਤਾਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਮੈਨੂੰ 40,000 ਰੁਪਇਆ ਮਹੀਨਾ ਕਿਤੇ ਲਵਾ ਦਿਓ, ਮੈਂ ਕੰਮ ਛੱਡ ਦੇਣਾ ਅੱਜ ਹੀ। ਉਹਨਾਂ ਨੇ ਤਾਂ 2 ਮਿੰਟ ਵੀ ਨਹੀਂ ਰੁਕਿਆ, ਉਹ ਤਾਂ ਚੱਲ ਗਏ। ਹਾਂ, ਕੰਮ ਛੋਟਾ ਵੱਡਾ ਨਹੀਂ ਹੁੰਦਾ, ਜਿਹੜੀ ਬੰਦੇ ਦੀ ਸੋਚ ਵਾ ਉਹ ਛੋਟੀ ਹੋ ਸਕਦੀ ਹੈ, ਕੰਮ ਛੋਟਾ ਵੱਡਾ ਨਹੀਂ ਹੁੰਦਾ। ਹਾਂਜੀ ਹਾਂਜੀ, ਤੁਹਾਨੂੰ ਪਤਾ ਹੀ ਹੈ ਜੀ ਪੰਜਾਬ ਦਾ ਮਾਹੌਲ ਦਾ, ਅਤੇ ਬਾਕੀ ਇਹੀ ਹੈ ਵੀ ਆਪਣੀ ਆਪਣੀ ਸੋਚ, ਜੇ ਆਪਾਂ ਇੱਥੇ ਕੰਮ ਕਰਾਂਗੇ ਤਾਂ ਚੜ੍ਹਦੀ ਕਲਾ ਵਾ, ਮਿਹਨਤ ਕਰਾਂਗੇ, ਬਾਣੀ ਪੜ੍ਹਾਂਗੇ, ਬਾਣੀ ਦੇ ਨਾਲ ਜੁੜਾਂਗੇ, ਇਤਿਹਾਸ ਆਪਣਾ ਜਾਣਾਂਗੇ, ਫਿਰ ਸਾਨੂੰ ਜਿਹੜੀ ਬਾਹਰ ਜਾਣ ਦੀ ਲੋੜ ਨਹੀਂ ਹੈਗੀ, ਇੱਥੇ ਅਸੀਂ ਕੰਮ ਕਰ ਸਕਦੇ ਹਾਂ, ਇਹ ਆਪੋ ਆਪਣੀ ਸੋਚ ਜੇ। ਬਾਕੀ ਤੁਹਾਨੂੰ ਪਤਾ ਹੀ ਆ ਪੰਜਾਬ ਦਾ ਬੇੜਾ ਗਰਕ ਹੀ ਕੀਤਾ ਵਾ ਸਰਕਾਰ ਨੇ। ਆਪਾਂ ਵੀਰ ਜੀ 3 ਭਰਾ ਜੇ, 3 ਭਰਾ ਅਸੀਂ ਕਹੇ ਕੰਮ ਕਰੀਦਾ ਵਾ, ਇੱਕ ਜਹਾਜ਼ ਚੌਂਕ ਦੇ ਵਿੱਚ ਆਪਣਾ ਜਿਹੜਾ ਅੱਡਾ ਲੱਗਾ ਵਾ ਗੁਰਦਾਸਪੁਰ ਦੇ ਵਿੱਚ, ਇੱਕ ਇੱਥੇ ਲੱਗਾ ਜੀ। ਬਹੁਤ ਵਧੀਆ ਵੀਰ ਜੀ, ਚੜ੍ਹਦੀ ਕਲਾ, ਆਨੰਦ ਵਾ। ਮਿਹਨਤ ਵੀਰ ਜੀ ਬਹੁਤ ਜ਼ਿਆਦਾ ਲੱਗਦੀ, ਸਵੇਰੇ 8 ਵਜੇ ਲੱਗੀਦਾ ਔਰ 1 ਵਜੇ ਦਾ ਜੀ, 1 ਵਜੇ ਤੱਕ ਅਸੀਂ ਮਤਲਬ ਕਰੀਦਾ ਰੈਡੀ। ਸੰਦੇਸ਼ ਇਹੀ ਦੇਣਾ ਚਾਹੁੰਦਾ ਵੀ ਜਿਹੜਾ ਪਰਿਵਾਰ ਹੈ ਨਾ, ਪਰਿਵਾਰ ਆ ਜਿਹੜਾ ਮਤਲਬ ਪਰਿਵਾਰ ਨੂੰ ਇਹ ਵੀ ਪਹਿਲਾਂ
ਆਪਣੇ ਬੱਚਿਆਂ ਨੂੰ ਪਹਿਲਾਂ ਤਾਂ ਆਪ ਆਪਾਂ ਬਾਣੀ ਦੇ ਨਾਲ ਜੁੜੀਏ, ਇਤਿਹਾਸ ਦੇ ਨਾਲ ਜੁੜੀਏ, ਫਿਰ ਆਪਾਂ ਮਤਲਬ ਇਸ ਤੱਕ ਪਹੁੰਚ ਸਕਦੇ ਹਾਂ, ਫਿਰ ਆਪਾਂ ਬੱਚੇ ਮਤਲਬ ਜਿਹੜੇ ਬੱਚੇ ਆ ਸਹੀ ਤਰੀਕੇ ਦੇ ਨਾਲ ਆਪਣਾ ਕੰਮ ਕਰ ਸਕਦੇ ਆ, ਉਹ ਸਹੀ ਸੰਗਤ ਜਿਹੜੀ ਕਰਨਗੇ ਤਾਂ ਫਿਰ ਮਤਲਬ ਇਹ ਬਚਾਅ ਹੋ ਸਕਦਾ ਵਾ ਬੱਚਿਆਂ ਦਾ। ਹਾਂਜੀ।